ਪ੍ਰੋਗਰਾਮ ਤੁਸੀਂ ਦੱਸੋ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਵਾਉਣ ਲੱਗਾ ਇਸ ਪ੍ਰੋਗਰਾਮ ਦੇ ਵਿੱਚ, ਉਸ ਸ਼ਖਸੀਅਤ ਦਾ ਵੀ ਮਾਰਕੀਟ ਵਿੱਚ ਕਾਫੀ ਨਾਮ ਹੈ ਕਿਉਂਕਿ ਉਹ ਵੀ ਬਠਿੰਡੇ ਤੋਂ ਹੈ। ਜਦੋਂ ਬਠਿੰਡੇ ਦਾ ਨਾਮ ਹੈ ਜਿਹੜਾ ਦੁਨੀਆ ਦੇ ਕੋਨੇ ਕੋਨੇ ਵਿੱਚ ਹੋ ਸਕਦਾ ਤਾਂ ਬਠਿੰਡਾ ਵਾਸੀਆਂ ਦਾ ਕਿਉਂ ਨਹੀਂ। ਬਠਿੰਡੇ ਦੇ ਵਿੱਚ ਇੱਕ ਹੋਰ ਜਿਹੜੀ ਜਗ੍ਹਾ ਜਿਹੜੀ ਬੜੀ ਵਰਲਡ ਫੇਮ ਹੈ, ਕਿਲ੍ਹਾ ਮੁਬਾਰਕ। ਕਿਲ੍ਹਾ ਮੁਬਾਰਕ, ਜਿਹੜਾ ਵੀ ਬੰਦਾ ਬਠਿੰਡੇ ਦਾ ਨਾਮ ਸੁਣਦਾ ਤਾਂ ਬਠਿੰਡੇ ਦੇ ਵਿੱਚ ਕਿਲ੍ਹਾ ਮੁਬਾਰਕ, ਅਤੇ ਕਿਲ੍ਹਾ ਮੁਬਾਰਕ ਦੇ ਬਿਲਕੁਲ ਹੀ ਕੋਲ ਉਸ ਸ਼ਖਸੀਅਤ ਦਾ ਘਰ ਹੈ। ਮਿਊਜ਼ਿਕ ਇੰਡਸਟਰੀ ਤੋਂ ਤਾਲੁਕਾਤ ਨੇ ਉਹਨਾਂ ਦੇ, ਬਠਿੰਡੇ ਤੋਂ ਸ਼ੁਰੂਆਤ ਕੀਤੀ ਅਤੇ ਬਾਲੀਵੁੱਡ ਦੇ ਵਿੱਚ ਐਜ਼ ਗਜ਼ਲਗੋ ਸ਼ੁਰੂਆਤ ਕੀਤੀ। ਛੋਟੇ ਹੁੰਦਿਆਂ ਅਲੱਗ ਅਲੱਗ ਸਟੇਜਾਂ 'ਤੇ ਗਾਇਆ, ਦੂਰਦਰਸ਼ਨ 'ਚ ਸ਼ੁਰੂਆਤ ਕੀਤੀ ਛੋਟੀ ਨਿੱਕੀ ਉਮਰ ਤੋਂ। ਉਸ ਤੋਂ ਬਾਅਦ ਇਸ ਟਾਈਮ ਉਹ ਸ਼ਖਸੀਅਤ ਹੈ ਜਿਹੜੀ ਉਹ ਬਾਲੀਵੁੱਡ ਦੇ ਵਿੱਚ ਐਜ਼ ਮਿਊਜ਼ਿਕ ਡਾਇਰੈਕਟਰ ਉਹ ਸਟੈਬਲਿਸ਼ ਹੋਣ ਜਾ ਰਹੀ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਬਠਿੰਡੇ ਵਾਸੀਆਂ ਲਈ, ਅਤੇ ਇਸੇ ਮਾਣ ਦੇ ਨਾਲ ਹੀ ਅਸੀਂ ਉਸ ਸ਼ਖਸੀਅਤ ਦਾ ਜਿਉਂ ਐ ਆਖਾਂਗੇ। ਜੈਜ਼ਿਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਜੈਜ਼ਿਮ ਦੇ ਨਾਮ 'ਤੇ ਇਹ ਸ਼ਖਸੀਅਤ ਹੈ ਜਿਹੜੀ ਮਸ਼ਹੂਰ ਹੈ, ਪਰ ਨਾਮ ਜਿਹੜਾ ਹੈ ਜਸਪ੍ਰੀਤ ਸ਼ਰਮਾ। ਜਸਪ੍ਰੀਤ, ਪਹਿਲੀ ਗੱਲ ਤਾਂ ਤੁਹਾਨੂੰ ਨਿੱਕੀ ਉਮਰੇ ਇੰਨੀਆਂ ਥਾਵਾਂ 'ਤੇ ਤਰੱਕੀ ਕਰਨ ਦੀ ਵਧਾਈਆਂ। ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ। ਦੂਜਾ, ਸਾਡੇ ਵੀ ਬਠਿੰਡੇ ਲਈ, ਬਠਿੰਡਾ ਵਾਸੀਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਇਹ ਨਿੱਕੀ ਜਿਹੀ ਉਮਰ ਦੇ ਵਿੱਚ ਮੁੰਡਾ ਬਾਲੀਵੁੱਡ ਦੇ ਵਿੱਚ ਇੱਕ ਮਿਊਜ਼ਿਕ ਡਾਇਰੈਕਟਰ ਦੇ ਨਾਮ 'ਤੇ, ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਫਿਲਮਾਂ ਬਾਲੀਵੁੱਡ ਦੀਆਂ ਕਰਨੀਆਂ, ਕਿਉਂਕਿ ਬਾਲੀਵੁੱਡ ਦਾ ਨਾਮ ਹੈ ਜੀ ਫਿਲਮ ਇੰਡਸਟਰੀ ਦਾ ਬਹੁਤ ਜ਼ਿਆਦਾ। ਤਾਂ ਜੈਸੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਰੀਏ ਵੀ ਜਦੋਂ ਹੁਣ ਤੁਸੀਂ ਬੰਬੇ ਦੇ ਵਿੱਚ ਰਹਿੰਦੇ ਹੋ, ਹਾਂਜੀ, ਜਦੋਂ ਬਠਿੰਡੇ 'ਚ ਰਹਿੰਦੇ ਸੀ ਕਦੀ ਇਹ ਸੋਚਿਆ ਸੀ ਕਿ ਮੈਂ ਬੰਬੇ ਜਾਊਂਗਾ? ਨਹੀਂ, ਮਤਲਬ ਇੱਦਾਂ ਸਰ ਕਿ ਮੇਰੀ ਸੋਚ ਤਾਂ ਸ਼ੁਰੂ ਤੋਂ ਹੀ ਇਹ ਸੀ ਕਿ ਮੈਂ, ਮਤਲਬ ਜੋ ਮੇਰਾ ਸੋਚ ਸੀ ਮਿਊਜ਼ਿਕ ਨੂੰ ਲੈ ਕੇ ਕਿ ਮੈਂ ਬੰਬੇ ਜਾਣਾ ਅਤੇ ਜੋ ਬਾਲੀਵੁੱਡ ਸਾਡੀ ਮਿਊਜ਼ਿਕ ਇੰਡਸਟਰੀ ਹੈ ਮੈਂ ਉਹਦੇ ਵਾਸਤੇ ਕੰਮ ਕਰਨਾ, ਜਾਂ ਗਜ਼ਲ ਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ ਕਿਉਂਕਿ ਜਿਹੜੇ ਮੇਰੇ ਗੁਰੂ ਜੀ ਸੀ ਸ਼੍ਰੀ ਵਿਜੇ ਸਚਦੇਵਾ ਜੀ, ਜਿਨ੍ਹਾਂ ਤੋਂ ਮੈਂ ਮਿਊਜ਼ਿਕ ਸਿੱਖਿਆ, ਉਹਨਾਂ ਉਹ ਵੀ ਗੁਲਾਮ ਅਲੀ ਖਾਨ ਸਾਹਿਬ ਦੇ ਬਹੁਤ ਵੱਡੇ ਫੈਨ ਸੀ, ਅਤੇ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣਨ ਤੋਂ ਬਾਅਦ ਮੇਰਾ ਵੀ ਗਜ਼ਲ ਵਿੱਚ ਇੰਟਰਸਟ ਆਇਆ ਅਤੇ ਬਸ ਕਰਦੇ ਕਰਦੇ ਜਦੋਂ ਸਕੂਲ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕੀਤਾ ਅਤੇ ਫਿਰ ਹੌਲੀ ਹੌਲੀ ਆਈ ਡਿਡ ਮਾਈ ਮਾਸਟਰਸ। ਹਾਂ, ਬੇਸਿਕਲੀ ਮੈਂ ਆਪਣਾ ਪਲੱਸ ਟੂ ਕਰਨ ਲਈ ਮੈਂ ਗਿਆ ਸੀ ਜਲੰਧਰ, ਓਕੇ, ਅਤੇ ਬੀ ਏ ਫਸਟ ਈਅਰ ਕਰਨ ਲਈ ਆ ਗਿਆ ਸੀ ਮੈਂ ਮਲੇਰਕੋਟਲਾ। ਅੱਛਾ। ਕਿਉਂਕਿ ਮੈਂ ਕਾਫੀ, ਮਤਲਬ ਐਕਸਪਲੋਰ ਕੀਤਾ ਪੰਜਾਬ ਵਿੱਚ, ਜਿੱਥੇ ਜਿੱਥੇ ਮੈਨੂੰ ਲੱਗਿਆ ਕਿ ਅੱਛਾ ਮਿਊਜ਼ਿਕ ਹੈ ਅਤੇ ਉੱਥੇ ਉੱਥੇ ਗਿਆ। ਫਿਰ ਮੈਂ ਬੀ ਏ ਸੈਕਿੰਡ ਥਰਡ ਈਅਰ ਇੱਥੇ ਕੀਤੀ ਆਪਣੇ ਬਠਿੰਡਾ 'ਚ ਕੀਤੀ ਸੀ ਰਜਿੰਦਰਾ ਕਾਲਜ ਵਿੱਚ। ਫਿਰ ਮੈਂ ਮਾਸਟਰਸ ਕਰਨ ਲਈ ਗਿਆ ਸੀ ਬੰਬੇ, ਓਕੇ, ਬੇਸਿਕਲੀ ਕਿਉਂਕਿ ਜੋ ਉਸ ਟਾਈਮ 'ਤੇ ਜੋ ਆਪਣੇ, ਮਤਲਬ ਅੱਜ ਵੀ ਕੋਈ ਜ਼ਿਆਦਾ ਚੇਂਜ ਤਾਂ ਨਹੀਂ ਹੈ ਕਿਉਂਕਿ ਜੋ ਪੰਜਾਬੀ ਮਿਊਜ਼ਿਕ ਹੈ ਤੁਹਾਨੂੰ ਪਤਾ ਹੀ ਹੈ, ਮਤਲਬ ਉਹਦੇ ਵਿੱਚ ਕੁਛ ਬਹੁਤ ਅੱਛਾ ਨਹੀਂ ਹੋ ਰਿਹਾ ਹੈ ਨਾ। ਕਾਰਨ? ਹਾਂਜੀ, ਕਾਰਨ ਕੀ ਹੈ? ਕਾਰਨ ਮਤਲਬ ਮੈਨੂੰ ਵੀ ਨਹੀਂ ਸਮਝ ਆ ਰਿਹਾ ਕਿ, ਮਤਲਬ ਜੋ ਵੀ ਸਿੰਗਰ ਨੇ ਉਹ ਸਿੱਖੇ ਨਹੀਂ ਹੋਏ ਜਾਂ ਨਾ ਉਹ ਸਿੱਖੇ ਹੋਏ ਨੇ, ਨਾ ਅੱਛੀ ਸ਼ਬਦਾਵਲੀ ਹੈ, ਮਤਲਬ ਡਰੱਗਸ ਹਥਿਆਰ ਰਿਸ਼ਤਿਆਂ ਨੂੰ ਤਾਰ ਤਾਰ ਜਾ ਕੀਤਾ ਜਾ ਰਿਹਾ, ਮਤਲਬ ਨਾ ਇੱਕ ਜੋ ਲੈਵਲ ਹੁੰਦਾ ਨਾ ਮਿਆਰੀ, ਮਤਲਬ ਮਿਆਰ ਤੋਂ ਬਹੁਤ ਹੀ ਥੱਲੇ ਆ ਆਪਣਾ ਮਿਊਜ਼ਿਕ ਇਸ ਟਾਈਮ ਪੰਜਾਬ ਦਾ। ਮੈਂ ਵੀ ਉਹੀ ਸੋਚਦਾ ਕਿਸੇ ਟਾਈਮ 'ਤੇ ਮਤਲਬ ਪਟਿਆਲਾ ਘਰਾਣਾ ਹੈ ਨਾ, ਮਤਲਬ ਪਟਿਆਲਾ ਘਰਾਣਾ ਤੋਂ ਸ਼ੁਰੂ ਹੋਇਆ ਆਪਣਾ ਪੰਜਾਬ ਦਾ ਮਿਊਜ਼ਿਕ ਅਤੇ ਅੱਜ ਕਿੱਥੇ ਆ ਤੁਸੀਂ ਇਹ ਦੇਖ ਲਓ। ਬਟ ਕੋਈ ਨਹੀਂ, ਚਲੋ ਐਨੀਵੇਜ਼, ਉਹ ਸਭ ਦਾ ਆਪਣਾ ਆਪਣਾ ਸੋਚ ਹੈ। ਬਟ ਉਸ ਵਕਤ ਜਦੋਂ ਮੇਰੀ ਕੋਸ਼ਿਸ਼ ਸੀ ਕਿ ਯਾਰ ਇੱਥੇ ਮੇਰਾ ਔਖਾ ਕੰਮ ਨਾ, ਅਤੇ ਫਿਰ ਦੈਨ ਆਈ ਸ਼ਿਫਟਡ ਟੂ ਮੁੰਬਈ। ਗੱਲਾਂ ਥੋੜ੍ਹੀਆਂ ਲੰਬੀਆਂ ਨੇ, ਆਪਾਂ ਬਹਿ ਕੇ ਨਾ ਕਰੀਏ। ਹਾਂਜੀ ਹਾਂਜੀ। ਹਾਂ, ਤੁਸੀਂ ਜਿਹੜਾ ਕਹਿ ਰਹੇ ਸੀ ਵੀ ਤੁਸੀਂ ਸ਼ਿਫਟ ਹੋਏ, ਹਾਂਜੀ, ਬੇਸਿਕਲੀ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸਾਰੇ ਕਿਤੇ ਘੁੰਮਿਆ, ਜਲੰਧਰ, ਮਲੇਰਕੋਟਲਾ, ਹੈ ਨਾ, ਜਿੱਥੇ ਜਿੱਥੇ ਮੈਨੂੰ ਪਤਾ ਲੱਗਿਆ ਅੱਛਾ ਮਿਊਜ਼ਿਕ ਆ, ਉਹ ਸਾਰੇ ਕਿਤੇ ਘੁੰਮਣ ਤੋਂ ਬਾਅਦ ਹੀ ਮੈਨੂੰ ਲੱਗਿਆ ਕਿ ਮੈਨੂੰ ਹੁਣ ਬੰਬੇ ਸ਼ਿਫਟ ਹੋਣਾ ਚਾਹੀਦਾ। ਸੋ ਉਹੀ ਸੀ ਕਿ ਪਹਿਲਾਂ ਕਾਰਨ ਲੱਭੀਏ ਕਿ ਕਿੱਦਾਂ ਉੱਥੇ ਹੋ ਸਕਦਾ ਸ਼ਿਫਟ। ਬਟ ਮੈਨੂੰ ਉਹੀ ਹੈ, ਸਟੱਡੀ ਦਾ ਬਹੁਤ ਸ਼ੌਕ ਸੀ ਅਤੇ ਆਈ ਡਿਡ ਮਾਈ ਮਾਸਟਰਸ ਇਨ ਮਿਊਜ਼ਿਕ ਫਰੋਮ ਮੁੰਬਈ ਯੂਨੀਵਰਸਿਟੀ। ਜਦੋਂ ਉਹ ਕੀਤਾ, ਉਹ ਮਾਸਟਰਸ ਦੇ ਦੌਰਾਨ ਹੀ ਮੈਨੂੰ ਮੌਕਾ ਮਿਲਿਆ ਸਾਰੇ ਗਾਂਪਾ ਵਿੱਚ ਪਾਰਟੀਸਪੇਟ ਕਰਨ ਦਾ 2012 ਵਿੱਚ। ਮੈਂ ਪਾਰਟੀਸਪੇਟਡ ਇਨ ਸਾਰੇ ਗਾਂਪਾ। ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿੰਨਾ ਸਭ ਅੱਛਾ, ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਸੀ ਉਸ ਕੰਪੀਟੀਸ਼ਨ ਵਿੱਚ, ਅਤੇ ਜੋ ਮੇਰਾ ਇੰਟਰਸਟ ਸੀ ਗਜ਼ਲ, ਮੇਰਾ ਪਹਿਲਾ ਪਿਆਰ ਹੈ, ਅਤੇ ਗਜ਼ਲ ਨੂੰ ਲੈ ਕੇ ਉਹਨਾਂ ਨੇ ਮੈਨੂੰ ਸ਼ਹਿਜ਼ਾਦੇ ਗਜ਼ਲ ਦਾ ਰਿਵਾਰਡ ਮੈਨੂੰ ਉੱਥੇ ਮਿਲਿਆ।
ਕਿਉਂ ਨਾ ਜੇ ਸ਼ਹਿਜ਼ਾਦਾ ਜਿਹੜਾ ਗਜ਼ਲ ਹੈ ਉਹਦੇ ਤੋਂ ਕੋਈ ਗਜ਼ਲ ਥੋੜ੍ਹੀ ਜਿਹੀ ਸੁਣ ਵੀ ਲਈ ਅਸੀਂ। ਹਾਂਜੀ ਹਾਂਜੀ ਜ਼ਰੂਰ ਜ਼ਰੂਰ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਗੁਲਾਮ ਅਲੀ ਖਾਨ ਸਾਹਿਬ ਨੂੰ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਸੀ, ਮੇਰਾ ਗਜ਼ਲ ਵਿੱਚ ਇੰਟਰਸਟ ਆਇਆ ਸੀ, ਅਤੇ ਉਹਨਾਂ ਦੀ ਬਹੁਤ ਖੂਬਸੂਰਤ ਜਿਹੀ ਗਜ਼ਲ ਮੈਂ ਸੁਣਾਉਣਾ ਚਾਹੂੰਗਾ। ਫਾਸਲੇ ਐਸੇ ਭੀ ਹੋਂਗੇ ਯੇ ਕਭੀ ਸੋਚਾ ਨਾ ਥਾ, ਫਾਸਲੇ ਐਸੇ ਭੀ ਹੋਂਗੇ ਯੇ ਕਭੀ ਸੋਚਾ ਨਾ ਥਾ, ਸਾਹਮਣੇ ਬੈਠਾ ਥਾ ਮੇਰੇ ਔਰ ਵੋ ਮੇਰਾ ਨਾ ਥਾ, ਫਾਸਲੇ ਐਸੇ ਭੀ ਹੋਂਗੇ ਯੇ ਕਭੀ ਸੋਚਾ ਨਾ ਥਾ, ਫਾਸਲੇ। ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ। ਜੈਸਮ ਤੁਸੀਂ ਇੱਕ ਇਹ ਦੇਖੋ ਵੀ ਜਿਵੇਂ ਹੁਣ ਤੁਸੀਂ ਗਜ਼ਲ ਹੈ ਨਾ, ਗਜ਼ਲ ਗੋ ਜਿਹਨੂੰ ਅਸੀਂ ਕਹਿੰਦੇ ਹਾਂ, ਤੁਸੀਂ ਤੁਹਾਨੂੰ ਗਜ਼ਲ ਬਹੁਤ ਵਧੀਆ ਲੱਗਦੀ ਸੀ ਗੁਲਾਮ ਅਲੀ ਸਾਹਿਬ ਨੂੰ ਸੁਣਿਆ ਤੁਸੀਂ, ਕੀ ਘਰ ਦੇ ਵਿੱਚ ਇੱਦਾਂ ਦਾ ਮਾਹੌਲ ਸੀ? ਹਾਂਜੀ ਹਾਂਜੀ ਬਿਲਕੁਲ, ਜੋ ਮੇਰੇ ਫਾਦਰ ਸਾਹਿਬ ਨੇ ਸ਼੍ਰੀ ਨਾਨਕ ਨੀਰ ਜੀ, ਉਹਨਾਂ ਨੇ ਮਤਲਬ ਬੇਸਿਕਲੀ ਤਾਂ ਉਹ ਹੈਲਥ ਡਿਪਾਰਟਮੈਂਟ ਵਿੱਚ ਸੀਗੇ, ਅਤੇ ਬਟ ਉਹਨਾਂ ਨੇ ਜਲੰਧਰ ਦੂਰਦਰਸ਼ਨ ਵਿੱਚ ਵੀ ਕਾਫੀ ਕੀਤਾ ਕੰਮ, ਅਤੇ ਜਿੰਨੇ ਵੀ ਸਾਡੇ ਬਠਿੰਡਾ ਦੇ ਸਿੰਗਰਸ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਕਾਫੀ ਉਹਨਾਂ ਦਾ ਮਤਲਬ ਕਾਫੀ ਕੰਮ ਉਹਨਾਂ ਨੇ ਕੀਤਾ ਉਹਨਾਂ ਦੇ ਨਾਲ ਵੀ, ਅਤੇ ਇਸ ਕਰਕੇ ਕੀ ਸੀ ਸਾਡੇ ਘਰ ਕਾਫੀ ਆਰਟਿਸਟ ਦਾ ਆਉਣਾ ਜਾਣਾ ਸੀਗਾ, ਤਾਂ ਇੱਕ ਮਾਹੌਲ ਸੀਗਾ ਅੱਛਾ। ਬਟ ਮੇਰੇ ਫਾਦਰ ਸਾਹਿਬ ਨੂੰ ਇਹੀ ਬੋਝ ਹੁੰਦਾ ਸੀ ਕਿ ਇਹ ਮਤਲਬ ਜੋ ਜਿਹੜੇ ਆਪਣੇ ਬਠਿੰਡੇ ਵਾਲੇ ਸਿੰਗਰ ਨੇ ਹੈ ਨਾ, ਇਹੋ ਜਾਣਾ ਬਣ ਜਾਏ, ਇਹ ਕਿਤੇ ਹੋ ਜਾਣਾ ਬਣ ਜਾਏ, ਤਾਂ ਕਿਉਂਕਿ ਪਤਾ ਕੀ ਹੈ, ਜਿਹੜੇ ਤੁਸੀਂ ਜਦੋਂ ਨਾਨਕ ਨੀਰ ਹੋਣੀ ਜਲੰਧਰ ਦੂਰਦਰਸ਼ਨ 'ਤੇ ਐਜ਼ ਐਂਕਰ, ਕਿਉਂਕਿ ਬਹੁਤ ਵਧੀਆ ਐਂਕਰਿੰਗ ਉਹ ਕਰਦੇ ਨੇ, ਬਹੁਤ ਅੱਛੀ ਐਂਕਰਿੰਗ ਕਰਦੇ, ਉਹਨਾਂ ਦੀ ਸ਼ਬਦਾਵਲੀ ਬਹੁਤ ਵਧੀਆ, ਉਹਨਾਂ ਦਾ ਬੋਲਣ ਦਾ ਸਟਾਈਲ ਨੋ ਡਾਊਟ ਬਹੁਤ ਵਧੀਆ, ਉਸ ਵੇਲੇ ਕੀ ਸੀ, ਉਸ ਵੇਲੇ ਜਿਹੜੀ ਬਠਿੰਡੇ ਦੀ ਗਾਇਕੀ ਸੀ ਉਹ ਇਹ ਸੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ ਹੈ ਨਾ, ਅਤੇ ਜੈਸਮ ਨੂੰ ਗਜ਼ਲ ਉਸ ਵੇਲੇ, ਜੈਸਮ ਦੀ ਉਮਰ ਵੀ ਬਹੁਤ ਛੋਟੀ ਸੀ, ਹਾਂਜੀ, ਇਹ ਕਿਸ ਤਰ੍ਹਾਂ ਮਤਲਬ? ਬਸ ਉਹੀ ਸੀ ਕਿ ਸਰ ਉਹੀ ਫਿਰ ਉਹਨਾਂ ਨੇ ਜੋ ਸਭ ਤੋਂ ਅੱਛਾ ਕੰਮ ਕੀਤਾ, ਜਿਸ ਲਈ ਮੈਂ ਬਹੁਤ ਹਮੇਸ਼ਾ ਉਹਨਾਂ ਦਾ ਸਾਰੀ ਉਮਰ ਲਈ ਥੈਂਕਸ ਕਰਦਾ ਰਹੂੰਗਾ ਕਿ ਉਹਨਾਂ ਨੇ ਬਚਪਨ ਵਿੱਚ ਮੈਨੂੰ ਮਿਊਜ਼ਿਕ ਸਿੱਖਣ ਲਈ ਭੇਜ ਦਿੱਤਾ ਸੀ, ਮੈਂ ਨਾ ਬਸ 5 ਈਅਰਸ ਓਲਡ, ਅਤੇ 5 ਸਾਲਾਂ ਦੀ ਉਮਰ ਵਿੱਚ ਮੈਂ ਮਿਊਜ਼ਿਕ ਸਿੱਖਣਾ ਸ਼ੁਰੂ ਕਰਤਾ ਸੀ ਮੇਰੇ ਗੁਰੂ ਜੀ ਤੋਂ, ਵਿਜੇ ਸਚਦੇਵਾ ਜੀ ਤੋਂ। ਬਸ ਉਹੀ ਫਿਰ ਇੱਕ ਹੁੰਦਾ ਇੱਕ ਅੱਛੇ ਮਾਹੌਲ 'ਚ, ਮਤਲਬ ਇੱਕ ਰਿਆਜ਼ ਵਾਲੇ ਮਾਹੌਲ 'ਚ ਜਿੱਥੇ ਰਿਆਜ਼ ਹੁੰਦਾ, ਕਲਾਸੀਕਲ ਮਿਊਜ਼ਿਕ ਅਸੀਂ ਸਿੱਖ ਰਹੇ ਹਾਂ, ਰਾਗ ਸਿੱਖ ਰਹੇ ਹਾਂ, ਉਹ ਸ਼ੁਰੂ ਤੋਂ ਹੀ ਉੱਦਾਂ ਦਾ ਮਾਹੌਲ ਰਿਹਾ, ਅਤੇ ਸ਼ਾਇਦ ਇਸੇ ਕਰਕੇ ਮੇਰਾ ਗਾਣਾ ਜਾਂ ਮੇਰੀ ਸੁਣਨ ਦਾ ਹੋ ਜਾਂ ਸ਼ਾਇਰੀ ਦਾ ਜੋ ਮੈਂਟੈਲਿਟੀ ਮੇਰੀ ਸ਼ੁਰੂ ਤੋਂ ਅੱਛੀ ਰਹੀ, ਤਾਂ ਉਸ ਕਰਕੇ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ। ਪਹਿਲੀ ਜਿਹੜੀ ਤੁਹਾਡੀ ਪਰਫਾਰਮੈਂਸ ਸੀ ਜੈਸਮ, ਉਹ ਕਿੱਥੇ ਸੀ ਅਤੇ ਕਦੋਂ ਸੀ? ਹਾਂ ਬੇਸਿਕਲੀ ਤਾਂ ਸਰ ਜਦੋਂ ਮੈਂ ਸਕੂਲ ਟਾਈਮ 'ਚ ਬਹੁਤ ਛੋਟੀ ਉਮਰ ਤੋਂ ਹੀ ਮੈਂ ਕੰਪੀਟੀਸ਼ਨ ਜੋ ਸਾਡੇ ਹੁੰਦੇ ਸੀ ਮੈਂ ਉਹ ਕਰਨੇ ਸ਼ੁਰੂ ਕਰਦੇ ਸੀ, ਬਟ ਜਿਹੜੀ ਪ੍ਰੋਫੈਸ਼ਨਲੀ ਸੀ ਉਹ ਮੈਨੂੰ ਅੱਜ ਵੀ ਯਾਦ ਹੈ। ਇੱਕ ਵਾਰੀ ਜਲੰਧਰ ਦੂਰਦਰਸ਼ਨ ਦਾ ਇੱਕ ਆਉਂਦਾ ਹੁੰਦਾ ਸੀ ਸ਼ੋਅ ਝਿਲਮਿਲ ਤਾਰੇ ਦੇ ਨਾਮ 'ਤੇ, ਮੈਂ ਉਸ ਟਾਈਮ 'ਤੇ ਇੱਕ ਦੇਸ਼ ਭਗਤੀ ਦਾ ਗਾਣਾ ਗਾਇਆ ਸੀ ਉੱਥੇ, ਅਤੇ ਉਹ ਮਤਲਬ ਅੱਜ ਵੀ ਉਹ ਵੀਡੀਓ ਹੈ ਯੂਟਿਊਬ 'ਤੇ, ਅਤੇ ਜਦੋਂ ਮੈਂ ਦੇਖਦਾ ਬੜਾ ਅੱਛਾ ਲੱਗਦਾ ਕਿਉਂਕਿ ਉਹ ਜਰਨੀ ਮੈਨੂੰ ਸਾਰੀ ਆਪਣੀ ਯਾਦ ਆ ਜਾਂਦੀ ਹੈ, ਕਿੱਦਾਂ ਕਿੱਦਾਂ ਮੈਂ ਮਿਊਜ਼ਿਕ ਸਿੱਖਣਾ ਸ਼ੁਰੂ ਕੀਤਾ, ਕਿੱਦਾਂ ਕਿੱਦਾਂ ਹੋ ਗਿਆ, ਅਤੇ ਮਤਲਬ ਇੱਕ ਬਹੁਤ ਬਹੁਤ ਜਦੋਂ ਵੀ ਉਸ ਚੀਜ਼ ਦਾ ਮੈਂ ਤਸੱਵਰ ਕਰਦਾ ਤਾਂ ਬਹੁਤ ਮਜ਼ਾ ਆਉਂਦਾ। ਹਾਂਜੀ ਅੱਛਾ, ਇੱਕ ਜੈਸਮ ਠੀਕ ਹੈ ਤੁਸੀਂ ਸਫ਼ਰ ਕਰਕੇ ਅੱਜ ਇਸ ਮੁਕਾਮ 'ਤੇ ਹੈਗੇ ਹੋ ਬੰਬੇ ਦੇ ਵਿੱਚ, ਪਰ ਇਹ ਜਦੋਂ ਇਸ ਪੜਾਅ 'ਤੇ ਤੁਸੀਂ ਪਹੁੰਚੇ ਹੋ, ਇਸ ਥਾਂ 'ਤੇ ਪਹੁੰਚੇ ਹੋ, ਤਾਂ ਇਦੋਂ ਪਹਿਲਾਂ ਬਹੁਤ ਕੁਛ ਜਿਹੜਾ ਤੁਹਾਡੇ ਨਾਲ, ਜਿਵੇਂ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਦੋਂ ਅਸੀਂ ਤੁਹਾਡਾ ਉਹ ਸ਼ੋਅ ਦੇਖਦੇ ਸੀ ਤਾਂ ਤੁਹਾਨੂੰ ਬੋਲਣ ਦੇ ਵਿੱਚ ਵੀ ਵੈਸੇ ਨੋਰਮਲ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬਟ ਤੁਹਾਡੀ ਜਿਹੜੀ ਸਿੰਗਿੰਗ ਹੈ ਉਹ ਬਾਕਮਾਲ ਹੁੰਦੀ ਹੈ। ਇਹ ਜਿਹੜਾ ਬੋਲਣ ਵਾਲੀ ਪ੍ਰੋਬਲਮ ਹੈ ਨਾ, ਇਹਨੇ ਤੁਹਾਡੇ ਕਦੀ ਇਸ ਜੀਵਨ 'ਚ ਕਦੀ ਅੜਚਨ ਨਹੀਂ? ਸਰ ਜਿੱਦਾਂ ਮੈਂ ਉਸ ਸਾਰੇਗਾਮਾ ਪਾ ਵਿੱਚ ਵੀ ਮੈਂ ਇਹ ਗੱਲ ਕੀਤੀ ਸੀ ਕਿ ਮੈਂ ਇਸੇ ਕਰਕੇ ਕਿਤੇ ਜਾਂਦਾ ਨਹੀਂ ਹੁੰਦਾ ਸੀ, ਕਿਸੇ ਰਿਐਲਿਟੀ ਸ਼ੋਅ 'ਚ ਨਹੀਂ ਗਿਆ ਸੀ, ਕਿ ਮੈਨੂੰ ਇਹ ਲੱਗਦਾ ਕਿ ਜਦੋਂ ਜਿਹੜੀ ਮੈਨੂੰ ਸਟੈਮਰਿੰਗ ਹੁੰਦੀ ਹੈ ਬੋਲਣ ਲਈ, ਮੈਂ ਬਹੁਤ ਜ਼ਿਆਦਾ ਨਾ ਨਰਵਸ ਮੈਂ ਹੁੰਦਾ ਸੀ, ਬਟ ਉਹੀ ਜਦੋਂ ਹੌਲੀ ਹੌਲੀ ਲੱਗਿਆ ਕਿ ਮਤਲਬ ਰੱਬ ਨੇ ਜੇ ਬਹੁਤ ਛੋਟੀ ਜਿਹੀ ਚੀਜ਼ ਜੇ ਇੱਕ ਲਈ ਹੈ ਪਰ ਕਿੰਨਾ ਕੁਛ ਮੈਨੂੰ ਦਿੱਤਾ, ਜਦੋਂ ਮੈਂ ਉਹ ਸੋਚਦਾ ਤਾਂ ਮਤਲਬ ਹੁਣ ਤਾਂ
ਬਿਲਕੁਲ ਮੈਂ ਇਹਦੇ ਬਾਰੇ ਸੋਚਦਾ ਵੀ ਨਹੀਂ। ਨਹੀਂ ਪਰ ਹੁਣ ਦੇਖੋ ਸਾਨੂੰ ਕਾਫੀ ਦੇਰ ਹੋ ਗਈ ਗੱਲ ਕਰਦੇ ਨਾ, ਇੱਦਾਂ ਦੀ ਕੋਈ ਮੈਨੂੰ ਤੁਹਾਡੇ ਬੋਲਣ 'ਚ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਲੱਗ ਰਹੀ? ਹਾਂਜੀ ਬਸ ਥੋੜ੍ਹਾ ਜਿਹਾ ਮੈਂ ਵਰਕ ਕੀਤਾ ਆਪਣੇ ਆਪ 'ਤੇ। ਓਕੇ ਹਾਂ ਬਿਲਕੁਲ, ਅਤੇ ਉਹੀ ਬਸ ਫਿਰ ਜਦੋਂ ਕੌਨਫੀਡੈਂਸ ਦੀ ਗੱਲ ਹੁੰਦੀ ਹੈ ਮੇਨ, ਅਤੇ ਉਹ ਜਦੋਂ ਹੌਲੀ ਹੌਲੀ ਮੈਂ ਕਾਫੀ ਸਟੈਮਰਿੰਗ ਕਲਾਸਿਸ ਵੀ ਲਈਆਂ ਸੀ, ਜਿੱਦਾਂ ਵੀ ਸੀ ਕੁਛ ਸ਼ਬਦ ਜਿਹੜੇ ਜ਼ਿਆਦਾ ਮੈਨੂੰ ਹੁੰਦੇ ਸੀ, ਫਿਰ ਥੋੜ੍ਹਾ ਜਿਹਾ ਮਤਲਬ ਆਪਣੇ ਆਪ 'ਤੇ ਵਰਕ ਕੀਤਾ ਅਤੇ ਬਿਲਕੁਲ ਬਸ ਹੁਣ ਸਭ ਕੁਛ ਠੀਕ ਹੈ। ਅੱਛਾ ਹੁਣ ਤੁਸੀਂ ਦੇਖੋ ਇਸ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਕਾਫੀ ਫਿਲਮਾਂ 'ਚ ਵੀ ਗਾ ਚੁੱਕੇ ਹੋ। ਹਾਂਜੀ, ਬੰਬੇ ਦੇ ਵਿੱਚ ਇੱਕ ਅੱਛਾ ਨਾਮ ਵੀ ਬਣਾ ਚੁੱਕੇ ਹੋ ਜੈਜ਼ਮ ਦੇ ਨਾਮ 'ਤੇ, ਸੋਹਣਾ ਮੁੰਡਾ, ਕੁੜੀਆਂ ਕ੍ਰਸ਼ ਕਰਦੀਆਂ ਹੋਣਗੀਆਂ? ਇਹ ਤਾਂ ਹੁਣ ਪਤਾ ਨਹੀਂ ਜੀ ਮੈਨੂੰ ਇੰਨਾ, ਚਲੋ ਕਿਉਂਕਿ ਇਹ ਕਾਫੀ ਪ੍ਰਾਈਵੇਟ ਜੀ ਹੈ ਨਾ ਚੀਜ਼, ਇਹਦੇ ਬਾਰੇ ਹੁਣ ਆਪਾਂ ਕੀ ਬੋਲੀਏ ਕੀ ਬੋਲੀਏ। ਨਹੀਂ ਦੇਖੋ ਗੱਲ ਇਹ ਨਹੀਂ ਹੁੰਦੀ ਦੀਦੀ, ਕੋਈ ਐਡੀ ਪ੍ਰਾਈਵੇਟ ਵਾਲੀ ਗੱਲ ਨਹੀਂ, ਜਦੋਂ ਤੁਸੀਂ ਇੱਕ ਤਾਂ ਸੋਹਣੇ ਹੋ, ਦੂਜਾ ਸੋਹਣਾ ਗਾਉਂਦੇ ਹੋ, ਦੂਜਾ ਰਹਿੰਦੇ ਤੁਸੀਂ ਬਾਲੀਵੁੱਡ ਦੇ ਵਿੱਚੋਂ ਹੈ ਨਾ, ਅਤੇ ਫੈਨਸ ਬਹੁਤ ਹੋ ਜਾਂਦੇ ਨੇ, ਕੋਈ ਇਸ ਤਰ੍ਹਾਂ ਦਾ ਫੈਨ ਕੋਈ ਕੁੜੀ ਖਾਸ ਕਰ ਯਾਦ ਹੋਵੇ ਜਾਂ ਮੁੰਡਾ ਯਾਦ ਹੋਵੇ ਜਿਹੜਾ ਮਤਲਬ ਕਹਿੰਦਾ ਵੀ ਬਸ ਯਾਰ ਬਸ? ਨਹੀਂ ਬਹੁਤ ਮਿਲਦੇ ਰਹਿੰਦੇ ਨੇ ਜੀ, ਕਿਉਂਕਿ ਅਸੀਂ ਜਿੱਥੇ ਵੀ ਹੁਣ ਅਸੀਂ ਜਾਈਦਾ ਆਲ ਓਵਰ ਦਾ ਵਰਲਡ ਵਾਈਡ, ਅਤੇ ਮਤਲਬ ਬਹੁਤ ਅੱਛਾ ਲੱਗਦਾ ਕਿਉਂਕਿ ਮੈਂ ਜਦੋਂ ਆਪਣਾ ਯਾਦ ਕਰਦਾ ਕਿ ਬਠਿੰਡੇ ਤੋਂ ਜਦੋਂ ਮਤਲਬ ਇੱਕ ਫੈਨ ਮੂਵਮੈਂਟ ਜੋ ਹੁੰਦੀ ਹੈ, ਕਿਉਂਕਿ ਮੈਂ ਵੀ ਉਹ ਮੈਂ ਵੀ ਰਿਹਾ ਹਾਂ ਨਾ ਬਚਪਨ 'ਚ, ਜਿੱਦਾਂ ਗੁਲਾਮ ਅਲੀ ਖਾਨ ਸਾਹਿਬ ਦਾ ਫੈਨ ਰਿਹਾ ਜਾਂ ਹਰੀਹਰਨ ਸਾਹਿਬ ਦਾ ਜਾਂ ਅੱਛੇ ਅੱਛੇ ਜਿੰਨੇ ਵੀ ਸਿੰਗਰਸ ਨੇ, ਹੁਣ ਜਦੋਂ ਉਹਨਾਂ ਦੇ ਨਾਲ ਬੈਠੀਦਾ, ਉਹਨਾਂ ਦੇ ਨਾਲ ਸ਼ੋਜ਼ ਕਰੀਦੇ ਆ, ਸੇਮ ਸਟੇਜ ਜਦੋਂ ਸ਼ੇਅਰ ਕਰੀਦੇ ਆ, ਤਾਂ ਉਹ ਇੱਕ ਬਹੁਤ ਅੱਛੀ ਉਹ ਮਤਲਬ ਕਹਿੰਦੇ ਕਿ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਬੜੀ, ਅਤੇ ਉਹੀ ਬਿਲਕੁਲ ਜਦੋਂ ਕੋਈ ਮੈਨੂੰ ਜਦੋਂ ਮੇਰੇ ਫੈਨਸ ਮਿਲਦੇ ਨੇ ਜਾਂ ਜਿਹੜੇ ਪਿਆਰ ਕਰਨ ਵਾਲੇ ਵੈਲ ਵਿਸ਼ਰਸ ਮਿਲਦੇ ਨੇ, ਤਾਂ ਬਿਲਕੁਲ ਬਸ ਉਹੀ ਰਹਿੰਦਾ ਕਿ ਜਦੋਂ ਕਿਸੇ ਨੇ ਮੇਰੇ ਨਾਲ ਅੱਛਾ ਟ੍ਰੀਟ ਨਹੀਂ ਕੀਤਾ ਹੁੰਦਾ, ਉਹ ਜਦੋਂ ਹੁੰਦਾ ਨਾ ਕਿ ਬਸ ਇਹੀ ਰਹਿੰਦਾ ਕਿ ਸਾਰਿਆਂ ਨਾਲ ਅੱਛੇ ਤਰੀਕੇ ਨਾਲ ਇੱਕ ਅੱਛੇ ਇਨਸਾਨੀਅਤ ਦੇ ਨਾਲ ਮਿਲੀਏ, ਅਤੇ ਕਿਉਂਕਿ ਜੇ ਫੈਨਸ ਨੇ ਤਾਂ ਅਸੀਂ ਹਾਂ ਸਰ, ਸਿੱਧੀ ਜਿਹੀ ਗੱਲ। ਬਿਲਕੁਲ ਬਿਲਕੁਲ ਹਾਂ ਉਹੀ ਗੱਲ ਹੈ। ਦੇਖੋ ਤੁਸੀਂ ਇਸ ਪੋਜੀਸ਼ਨ 'ਤੇ ਪਹੁੰਚੇ ਤਾਂ ਜਦੋਂ ਤੁਸੀਂ ਪਹਿਲੀ ਫਿਲਮ ਦੇ ਵਿੱਚ ਜਦੋਂ ਤੁਸੀਂ ਸਾਰੇ ਗਾਮਾ ਪਾ ਕੀਤਾ, ਉੱਥੋਂ ਤੁਹਾਡਾ ਇੱਕ ਬਹੁਤ ਵਧੀਆ ਤੁਹਾਨੂੰ ਇੱਕ ਪਲੇਟਫਾਰਮ ਮਿਲਿਆ, ਉਸ ਤੋਂ ਬਾਅਦ ਤੁਸੀਂ ਫਿਲਮਾਂ ਦੇ ਵਿੱਚ ਗਾਣਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਗਾਣਾ ਕਿਹੜੀ ਫਿਲਮ ਦੇ ਵਿੱਚ ਤੁਹਾਨੂੰ ਮਿਲਿਆ ਅਤੇ ਕਿਹੜਾ ਸੀਗਾ ਜਿਹੜਾ ਤੁਸੀਂ ਗਾਇਆ ਸੀ, ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਹਾਂਜੀ ਹਾਂਜੀ ਬਿਲਕੁਲ, ਅਤੇ ਸਾਡੇ ਇੱਕ ਵਾਰੀ ਸਾਰੇ ਗਾਮਾ ਵਿੱਚ ਵਿਸ਼ਾਲ ਸਰ ਆਏ ਸੀ, ਵਿਸ਼ਾਲ ਭਾਰਦਵਾਜੀ, ਅਤੇ ਉਹਨਾਂ ਨੇ ਉਦੋਂ ਮੈਨੂੰ ਸੁਣਿਆ ਸੀ, ਉਦੋਂ ਮੈਂ ਇੱਕ ਬਹੁਤ ਅੱਛਾ ਪੰਜਾਬੀ ਗਾਣਾ ਹੈ ਸ਼ਫਕਤ ਅਲੀ ਜੀ ਦਾ ਜੋ ਕਿ ਪਾਕਿਸਤਾਨ ਦੇ ਸਿੰਗਰ ਨੇ, ਉਹ ਗਾਣੇ ਦੇ ਬੋਲਣੇ ਮੈਂ ਮੇਰਾ ਰਾਂਝਾ ਕਿਉਂ ਨਹੀਂ ਆਇਆ, ਉੱਥੇ ਮੈਂ ਉਹ ਗਾਣਾ ਗਾਇਆ ਸੀ ਤਾਂ ਬਹੁਤ ਪਿਆਰ ਕੀਤਾ ਸੀ, ਤਾਂ ਉੱਥੋਂ ਹੀ ਉਹ ਮੈਨੂੰ ਅਗਲੇ ਦਿਨ ਆਪਣੇ ਸਟੂਡੀਓ 'ਚ ਲੈ ਗਏ ਸੀ। ਕੀ ਬਾਤ! ਹਾਂ, ਅਤੇ ਮੈਂ ਫਿਰ ਉਹਨਾਂ ਦੀ ਮੂਵੀ ਚੱਲ ਰਹੀ ਸੀ ਡੇਢ ਇਸ਼ਕੀਆ, ਸ਼ਾਇਦ ਤੁਸੀਂ ਦੇਖੀ ਹੋਵੇ, ਜਿਹਦੇ ਵਿੱਚ ਨਸੀਰ ਜੀ, ਮਾਧੁਰੀ ਦੀਕਸ਼ਿਤ ਜੀ, ਗੁਲਜ਼ਾਰ ਸਾਹਿਬ ਦੀ ਮਤਲਬ ਸ਼ਾਇਰੀ ਸੀ ਉਸ ਮੂਵੀ ਵਿੱਚ, ਅਤੇ ਮਤਲਬ ਉਹ ਮੈਂ ਇੰਨਾ ਲੱਕੀ ਆਪਣੇ ਨੂੰ ਮਹਿਸੂਸ ਕੀਤਾ ਜਦੋਂ ਉਹਨਾਂ ਨੇ ਇੱਕ ਕਵਾਲੀ ਸੀ ਉਸ ਮੂਵੀ ਜੋ ਮੈਂ ਗਾਈ ਸੀ, ਕਿ ਜੋ ਜੋ ਮੇਰੇ ਫੇਵਰੇਟਸ ਰਹੇ ਨੇ ਬਚਪਨ ਤੋਂ ਹੀ, ਕਿਉਂਕਿ ਮੈਂ ਗੁਲਜ਼ਾਰ ਸਾਹਿਬ ਦਾ ਬੜਾ ਫੈਨ, ਮਾਧੁਰੀ ਜੀ ਦਾ, ਨਸੀਰ ਜੀ ਦਾ, ਵਿਸ਼ਾਲ ਜੀ ਦਾ, ਮਤਲਬ ਇਹ ਚਾਰਾਂ ਦੇ ਮੈਂ ਬੜਾ ਬਹੁਤ ਵੱਡਾ ਫੈਨ ਸੀ, ਅਤੇ ਚਾਰੇ ਮੇਰੇ ਇੱਕ ਹੀ ਗਾਣੇ 'ਚ ਆ ਗਏ ਸੀ, ਅਤੇ ਉਹ ਮੇਰੇ ਲਈ ਬਹੁਤ ਮਤਲਬ ਸੈਲੀਬ੍ਰਿਟੀ, ਮਤਲਬ ਇੱਕ ਹੁੰਦਾ ਨਾ ਮਤਲਬ ਇੱਕ ਸੈਲੀਬ੍ਰੇਸ਼ਨ ਵਾਲੀ ਮੂਮੈਂਟ ਸੀ, ਹਾਂ ਸੁਪਨਾ ਸਾਕਾਰ ਹੋਇਆ, ਹਾਂ ਸੁਪਨਾ ਵਾਲੀ ਗੱਲ ਸੀ, ਅਤੇ ਉਹ ਮੈਂ ਜ਼ਰੂਰ ਸੁਣਾਉਣਾ ਚਾਹੂੰਗਾ। ਜੀ ਜੀ। ਦਿਲ ਕਾ ਦੀਆ ਸ਼ਬ ਭਰ ਜਲਾ ਤੇਰੇ ਲੀਏ ਓ ਪੀਆ ਜਾਤੇ ਹੋਏ ਕਹਿ ਕੇ ਗਿਆ ਯਾਰ ਵਿਦਾ ਅਲਵਿਦਾ ਦਿਲ ਤੋ ਦੀਆ ਹੈ ਜਾਂ ਵੀ ਦੇ ਦੇ ਔਰ ਨਜ਼ਰਾਨਾ ਕਿਆ ਹੋਗਾ ਲੋਕੋ ਛੂ ਕੇ ਲੌਟਾਇਆ ਵੋ ਪਰਵਾਨਾ ਕਿਆ ਹੋਗਾ ਕਿਆ ਹੋਗਾ ਕਿਆ ਹੋਗਾ ਕਿਆ ਹੋਗਾ ਕਿਆ ਕਿਆ ਜੀ ਕਿਆ ਕਿਆ ਜੀ ਕਿਆ ਹੋਗਾ ਕਿਆ ਹੋਗਾ ਕਿਆ ਹੋਗਾ ਕਿਆ ਹੋਗਾ ਕਿਆ ਕਿਆ ਜੀ ਕਿਆ ਕਿਆ ਜੀ ਕਿਆ ਹੋਗਾ। ਦੇਖੋ ਕਿਆ ਹੋਗਾ ਉਹ ਸਾਹਮਣੇ ਆ ਗਿਆ, ਇਹ ਹੋਇਆ ਵੀ ਜੈਜ਼ਮ ਇੱਕ ਜਸਪ੍ਰੀਤ ਸ਼ਰਮਾ ਤੋਂ ਜੈਜ਼ਮ ਬਣ ਕੇ ਲੋਕਾਂ ਦੇ ਸਾਹਮਣੇ ਆਇਆ, ਇਹ ਹੋਇਆ ਲੋਕਾਂ ਦੇ ਜਦੋਂ ਸਾਹਮਣੇ ਆਇਆ, ਉਹਨੇ ਆਪਣੇ ਫਨ ਦਾ ਮਜ਼ਾਰਾ ਕੀਤਾ, ਆਪਣਾ ਫਨ ਉਹਨਾਂ ਦੇ ਸਾਹਮਣੇ ਰੱਖਿਆ, ਜੋ ਉਹਦੇ 'ਚ ਕਲਾ ਸੀ ਉਹ ਉਹਨੇ ਲੋਕਾਂ ਦੇ ਸਾਹਮਣੇ ਰੱਖੀ, ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਜੈਜ਼ਮ ਦੇ ਅੰਦਰ ਕੀ ਹੈ। ਇਹ ਹੋਇਆ ਕਿ ਜੈਜ਼ਮ ਜਿਹੜਾ ਉਹ ਅੱਜ ਨਿੱਕੀ ਉਮਰੇ ਬਾਲੀਵੁੱਡ ਦੇ ਵਿੱਚ
ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਵੀ ਆਇਆ। ਸੋ ਇਸ ਦੇ ਵੀ ਲਈ ਵੀ ਜੈਜ਼ਮ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ, ਥੈਂਕ ਯੂ। ਮੈਂ ਇਹਦੇ ਲਈ ਬਹੁਤ ਥੈਂਕਸ ਕਰਨਾ ਚਾਹੁੰਦਾ, ਬਿਕੋਜ਼ ਆਈ ਵੈਂਟ ਟੂ ਲੰਡਨ ਫੋਰ ਮਾਈ ਕੰਸਰਟਸ। ਉੱਥੇ ਕੀ ਸੀ, ਮੈਂ ਕੁਛ ਆਪਣੀ ਕੰਪੋਜੀਸ਼ਨਸ ਮੈਂ ਉੱਥੇ ਗਾਈਆਂ ਸੀ ਓਕੇ ਉਹ ਸ਼ੋਅ ਵਿੱਚ, ਅਤੇ ਜੋ ਸਾਡੇ ਔਰਗਨਾਈਜ਼ਰ ਸੀ ਵਿਜੇ ਭੋਲਾ ਨੇ, ਜੇ ਰੋਕ ਔਨ ਮਿਊਜ਼ਿਕ ਮਤਲਬ ਲੰਡਨ ਦੇ ਸਭ ਤੋਂ ਵੱਡੇ ਇਵੈਂਟ ਔਰਗਨਾਈਜ਼ਰ ਨੇ, ਅਤੇ ਉੱਥੇ ਉਹਨਾਂ ਨੇ ਜਦੋਂ ਮੇਰੀ ਕੰਪੋਜੀਸ਼ਨ ਸੁਣੀਆਂ ਅਤੇ ਉਹਨਾਂ ਦਾ ਫਿਰ ਜਦੋਂ ਮੈਂ ਬੰਬੇ ਆ ਗਿਆ ਆਪਣੇ ਸ਼ੋਜ਼ ਕਰਕੇ, ਤਾਂ ਉਹਨਾਂ ਦਾ ਮੈਨੂੰ ਆਇਆ ਫੋਨ ਕਿ ਮੈਂ ਚਾਹੁੰਦਾ ਕਿ ਮੈਂ ਇੱਕ ਨਵੀਂ ਮੂਵੀ ਮੈਂ ਅਸੀਂ ਕਰ ਰਹੇ ਹਾਂ, ਅਤੇ ਜਿਸ ਤਰੀਕੇ ਦੀਆਂ ਤੁਸੀਂ ਕੰਪੋਜੀਸ਼ਨਸ ਉੱਥੇ ਗਾਏ ਸੀ ਸਾਨੂੰ ਉੱਦਾਂ ਦੀ ਕੁਛ ਮੈਲੋਡੀਸ ਮਤਲਬ ਸਾਨੂੰ ਚਾਹੀਦੀਆਂ ਨੇ। ਬਸ ਇੱਦਾਂ ਕੰਮ ਸ਼ੁਰੂ ਹੋਇਆ, ਫਿਰ ਇੱਕ ਗਾਣਾ ਬਣਿਆ, ਫਿਰ ਦੋ, ਤਿੰਨ, ਚਾਰ, ਪੰਜ, ਅਤੇ ਮਤਲਬ ਮੈਂ ਬਹੁਤ ਜ਼ਿਆਦਾ ਲਿਖੀ ਹਾਂ ਕਿ ਜਿੰਨੇ ਸਾਡੇ ਮਤਲਬ ਹਿੰਦੁਸਤਾਨ ਦੇ ਬੈਸਟ ਸਿੰਗਰਸ ਨੇ, ਅਰੀਜੀਤ ਸਿੰਘ ਜੀ, ਸ਼੍ਰੀਆ ਘੋਸ਼ਾਲ ਜੀ, ਵਿਸ਼ਾਲ ਦਦਲਾਨੀ ਜੀ, ਅਤੇ ਪਾਕਿਸਤਾਨ ਦੇ ਦੋ ਬੜੇ ਅੱਛੇ ਸਿੰਗਰ ਨੇ ਰਾਹਤ ਫਤਿਹ ਅਲੀ ਖਾਨ ਸਾਹਿਬ ਐਂਡ ਸ਼ਫਕਤ ਅਮਾਨਤ ਅਲੀ, ਉਹਨਾਂ ਸਾਰਿਆਂ ਨੇ ਇਸ ਮੂਵੀ ਵਿੱਚ ਮੇਰੇ ਵਾਸਤੇ ਗਾਇਆ, ਅਤੇ ਆਈ ਐਮ ਸੋ ਲੱਕੀ। ਕਿਹੜੀ ਕੰਪੋਜੀਸ਼ਨ ਸੀ ਜਿਹੜੀ ਤੁਸੀਂ ਉੱਥੇ ਗਾਈ? ਹਾਂਜੀ, ਮੇਰੀ ਇੱਕ ਐਲਬਮ ਆਈ ਸੀ ਸੁਨੋ ਤੁਮ, ਵਿਚ ਇਜ਼ ਪੈਂਡ ਬਾਏ ਮਰਹੂਮ ਜਨਾਬ ਨਿਦਾ ਫਾਜ਼ਲੀ ਸਾਹਿਬ। ਉਹ ਵੀ ਮਤਲਬ ਮੈਂ ਬਹੁਤ ਲੱਕੀ ਮੰਨਦਾ ਕਿ ਜਿਹੜੀ ਨਿਦਾ ਫਾਜ਼ਲੀ ਸਾਹਿਬ ਦੀ ਓਫੀਸ਼ੀਅਲੀ ਜਿਹੜੀ ਲਾਸਟ ਐਲਬਮ ਸੀ ਉਹ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ। ਓਕੇ, ਨਿਦਾ ਫਾਜ਼ਲੀ ਸਾਹਿਬ ਬਹੁਤ ਵੱਡੇ ਸ਼ਾਇਰ ਨੇ, ਜਿਨ੍ਹਾਂ ਨੇ ਹੋਸ਼ ਵਾਲੋਂ ਕੋ ਖਬਰ ਕਿਹਾ ਵੀ ਖੁਦ ਹੀ ਕਿਆ ਚੀਜ਼ ਹੈ, ਬੜੀਆਂ ਵੱਡੀਆਂ ਵੱਡੀਆਂ ਉਹਨਾਂ ਨੇ ਗਜ਼ਲਸ ਲਿਖੀਆਂ ਨੇ, ਅਤੇ ਉਹਦੇ ਵਿੱਚ ਇੱਕ ਉਹਨਾਂ ਦੀ ਗਜ਼ਲ ਸੀ, ਵੋ ਲੜਕੀ ਯਾਦ ਆਤੀ ਹੈ, ਵੋ ਲੜਕੀ ਯਾਦ ਆਤੀ ਹੈ, ਜੋ ਹੋਂਟੋਂ ਸੇ ਨਹੀਂ ਪੂਰੇ ਬਦਨ ਸੇ ਮੁਸਕੁਰਾਤੀ ਹੈ, ਵੋ ਲੜਕੀ ਯਾਦ ਆਤੀ ਹੈ, ਵੋ ਲੜਕੀ ਯਾਦ ਆਤੀ ਹੈ। ਕਿਆ ਬਾਤ, ਬਹੁਤ ਅੱਛਾ, ਵੋ ਲੜਕੀ ਯਾਦ ਆਤੀ ਹੈ। ਉਹ ਲੜਕੀ ਜਿਹੜੀ ਹੁਣ ਤੁਹਾਡੇ ਨਾਲ ਵਿਆਹੀ ਗਈ ਹੈ, ਉਹਦੇ ਬਾਰੇ ਸੀ? ਹਾਂਜੀ ਹਾਂਜੀ ਬਿਲਕੁਲ, ਉਹਦੇ ਬਾਰੇ ਸੀ। ਹਾਂਜੀ, ਉਹਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੈਜ਼ਮ ਨਾਲ ਵਿਆਹ ਕਰਾ ਕੇ? ਉਹ ਤਾਂ ਉਹਨੂੰ ਹੀ ਪਤਾ, ਬਿਲਕੁਲ ਉਹਨੂੰ ਹੀ ਪਤਾ। ਚਲੋ ਅੱਛੀ ਗੱਲ ਹੈ ਕਿ ਹੁਣ ਜਿਹੜਾ ਜੈਜ਼ਮ, ਨੋ ਡਾਊਟ ਬੰਬੇ ਦੇ ਵਿੱਚ, ਬਾਲੀਵੁੱਡ ਦੇ ਵਿੱਚ ਕਾਫੀ ਮਤਲਬ ਇਹ ਕਹਿ ਲਈਏ ਬਿਜ਼ੀ ਹੋ ਗਏ, ਕਿਉਂਕਿ ਐਜ਼ ਮਿਊਜ਼ਿਕ ਡਾਇਰੈਕਟਰ ਵੀ ਜੈਜ਼ਮ ਹੁਣੀ ਆਏ ਨੇ, ਤਾਂ ਇਨ ਫਿਊਚਰ ਦੇ ਵਿੱਚ ਹੋਰ ਕੀ ਕੁਛ ਕਰਨਾ ਤੁਸੀਂ ਚਾਹੁੰਦੇ ਹੋ? ਕਿਉਂਕਿ ਨਿੱਕੀ ਹਲੇ ਉਮਰ ਹੈ, ਪੈਂਡਾ ਬਹੁਤ ਲੰਬਾ, ਕਰਨ ਨੂੰ ਤੁਹਾਡੇ ਕੋਲ ਬਹੁਤ ਕੁਛ ਹੈ। ਹਾਂਜੀ, ਤਾਂ ਕੀ ਸੋਚ ਲੈ ਕੇ ਜੈਜ਼ਮ ਹੁਣੀ ਚੱਲ ਰਹੇ ਨੇ ਅੱਗੇ? ਹਾਂਜੀ ਬਿਲਕੁਲ, ਮਤਲਬ ਇਹ ਹੈ ਸਰ ਕਿ ਮਿਊਜ਼ਿਕ ਡਾਇਰੈਕਸ਼ਨ ਦਾ ਤਾਂ ਚਲੋ ਹੈ ਹੀ, ਕਿਉਂਕਿ ਮੈਨੂੰ ਬਚਪਨ ਤੋਂ ਹੀ ਮਿਊਜ਼ਿਕ ਕੰਪੋਜ਼ ਕਰਨ ਦਾ ਬਹੁਤ ਸ਼ੌਂਕ ਰਿਹਾ, ਅਤੇ ਹੁਣ ਤੱਕ ਤਕਰੀਬਨ ਮੇਰੀ ਜਿੰਨੀਆਂ ਵੀ ਐਲਬਮਸ ਆਈਆਂ ਨੇ, ਜਿੰਨੇ ਵੀ ਮੇਰੇ ਗਾਣੇ ਆਏ ਨੇ, ਉਹ ਤਕਰੀਬਨ ਮੈਂ ਖੁਦ ਹੀ ਉਹਨਾਂ ਦਾ ਮਿਊਜ਼ਿਕ ਅਰੇਂਜ ਵੀ ਕੀਤਾ ਅਤੇ ਕੰਪੋਜ਼ ਵੀ ਕੀਤਾ, ਅਤੇ ਇਹੀ ਸੀ ਮਿਊਜ਼ਿਕ ਡਾਇਰੈਕਸ਼ਨ ਦੇ ਨਾਲ ਨਾਲ ਮੇਰਾ ਗਜ਼ਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾ ਪਿਆਰ ਹੈ, ਅਤੇ ਗਜ਼ਲ ਵਿੱਚ ਮੇਰਾ ਬਹੁਤ ਮਤਲਬ ਮੈਂ ਚਾਹ ਰਿਹਾ ਕਿ ਗਜ਼ਲ ਵਿੱਚ ਮੈਂ ਬਹੁਤ ਜ਼ਿਆਦਾ ਕੁਛ ਕਰਾਂ, ਅਤੇ ਜਿਹੜਾ ਸਾਡਾ ਯੂਥ ਹੈ ਜੋ ਅੱਜ ਗਜ਼ਲ ਨੂੰ ਮਤਲਬ ਨਾ, ਉਹ ਇਹ ਕਿਹਾ ਜਾ ਰਿਹਾ ਕਿ ਗਜ਼ਲ ਇਜ਼ ਏ ਡਾਇੰਗ ਆਰਟ ਨਾਓ, ਜੋ ਕਿ ਮੈਨੂੰ ਲੱਗ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ, ਬਿਕੋਜ਼ ਵੀ ਇੰਡੀਅਨਸ ਹੈ ਨਾ, ਵੀ ਸ਼ੁੱਡ ਲਾਈਕ, ਮੈਂ ਉਹੀ ਕਹਿਣਾ ਚਾਹੂੰਗਾ ਕਿ ਜਿਹੜਾ ਆਪਣਾ ਕਲਚਰ ਹੈ ਉਹਦੇ 'ਤੇ ਸਾਨੂੰ ਬੜਾ ਪ੍ਰਾਊਡ ਹੋਣਾ ਚਾਹੀਦਾ, ਅਤੇ ਇਸ ਤੋਂ ਇਲਾਵਾ ਆਪਣੇ ਕੋਲ ਕੁਛ ਹੈ ਵੀ ਨਹੀਂ। ਜੇ ਸਾਡੀ ਮਤਲਬ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹੋਇਆ, ਗਜ਼ਲ ਹੋਇਆ, ਠੁਮਰੀ ਹੋਇਆ, ਇਹ ਚੀਜ਼ਾਂ ਜੇ ਚਲੀਆਂ ਗਈਆਂ ਨਾ, ਤਾਂ ਮੈਨੂੰ ਲੱਗਦਾ ਤਾਂ ਸਭ ਕੁਛ ਹੀ ਚਲਾ ਜਾਏਗਾ, ਜੇ ਆਪਣਾ ਸੱਭਿਆਚਾਰ ਹੀ ਗਿਆ ਤਾਂ ਸਭ ਕੁਛ ਗਿਆ, ਅਤੇ ਇਹੀ ਹੈ। ਅਤੇ ਉਹਦੇ ਵਾਸਤੇ ਜੋ ਮੈਂ ਹੁਣ ਨੋਟ ਕਰਦਾ, ਜਿੱਥੇ ਜਿੱਥੇ ਮੈਂ ਸ਼ੋਜ਼ ਕਰਨ ਲਈ ਜਾ ਰਿਹਾ, ਕਿ ਜੇ ਆਪਾਂ ਅੱਜ ਦੀ ਸਾਊਂਡ ਨਾਲ ਜੇ ਗਜ਼ਲ ਨੂੰ ਲੈ ਕੇ ਆਵਾਂਗੇ ਨਾ, ਕਿਉਂਕਿ ਗਜ਼ਲ ਤਾਂ ਇੱਕ ਸ਼ਾਇਰੀ ਹੈ ਨਾ, ਗਜ਼ਲ ਤਾਂ ਇੱਕ ਉਹ ਮਤਲਬ ਇੱਕ ਪੋਇਟਿਕ ਫੋਰਮ ਹੈ, ਇਹ ਨਹੀਂ ਕਿ ਤੁਸੀਂ ਮਤਲਬ ਜਾਂ ਉਹਨੂੰ ਲੰਬੇ ਵਿਸਤਾਰ ਨਾਲ ਹੀ ਗਾਣਾ, ਕਿਉਂਕਿ ਜੇ ਅੱਜ ਦਾ ਜਿਹੜੀ ਅੱਜ ਦਾ ਯੂਥ ਹੈ ਜੇ ਉਹ ਉੱਦਾਂ ਨਹੀਂ ਲਾਈਕ ਕਰ ਰਿਹਾ ਜਾਂ ਉੱਦਾਂ ਆਪਣੇ ਆਪ ਨਹੀਂ ਐਕਸੈਪਟ ਕਰਿਆ ਉਸ ਚੀਜ਼ ਨੂੰ, ਤਾਂ ਕਿਉਂ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਹੀ ਆਪਾਂ ਅੱਛੀ ਸ਼ਾਇਰੀ ਅੱਛੇ ਮਿਊਜ਼ਿਕ ਨਾਲ ਰੂਬਰੂ ਕਰਵਾਈਏ, ਅਤੇ ਉਹੀ ਮੇਰਾ ਨੈਕਸਟ ਜੋ ਮੋਟੋ ਹੈ, ਅਤੇ ਮੈਂ ਅੱਛਾ ਕਾਫੀ ਐਕਸਪੈਰੀਮੈਂਟ ਮੈਂ ਹੁਣ ਕਰ ਰਿਹਾ ਗਜ਼ਲ ਦੇ ਨਾਲ, ਅੱਛੇ ਅੱਛੇ ਸ਼ਾਇਰਾਂ ਨਾਲ, ਕੁਛ ਕੰਟੈਂਪਰੇਰੀ ਜਿਹੜੇ ਹੈਗੇ ਨੇ ਅੱਛੇ ਸ਼ਾਇਰ ਜਾਂ ਜਿਹੜੇ ਓਲਡ ਨੇ ਸਾਡੇ, ਅਤੇ ਜਿਹੜੇ ਰਿਵਾਇਤੀ ਸ਼ਾਇਰ ਨੇ ਅਤੇ ਅੱਜ ਦੇ ਸ਼ਾਇਰ, ਉਹਨਾਂ ਨਾਲ ਮਿਲ ਕੇ ਅੱਛਾ ਸਾਊਂਡ ਨਾਲ ਕੁਛ ਕਰਕੇ, ਤਾਂ ਆਉਣ ਵਾਲੇ 2019 ਵਿੱਚ ਹੀ ਤੁਹਾਨੂੰ ਬਹੁਤ
ਮਤਲਬ ਮੇਰੇ ਵੱਲੋਂ ਗਜ਼ਲ ਦੇ ਨਾਲ ਬਹੁਤ ਐਕਸਪੈਰੀਮੈਂਟ ਵੀ ਸੁਣਨ ਨੂੰ ਮਿਲਣਗੇ। ਸੋ ਆਈ ਹੋਪ ਕਿ ਲੋਕਾਂ ਨੇ ਜਿੱਦਾਂ ਮੇਰੀ ਹਰ ਚੀਜ਼ ਨੂੰ ਇੰਨਾ ਪਿਆਰ ਕੀਤਾ ਅਤੇ ਜੋ ਐਕਸਪੈਰੀਮੈਂਟ ਨੇ ਮੇਰੇ ਗਜ਼ਲ ਦੇ ਨਾਲ ਉਹਨਾਂ ਨੂੰ ਵੀ ਬਹੁਤ ਪਿਆਰ ਦੇਣਗੇ। ਬਿਲਕੁਲ, ਸਾਡੀਆਂ ਬੈਸਟ ਵਿਸ਼ਿਸ ਨੇ ਜੈਜ਼ਿਮ ਤੁਹਾਡੇ ਨਾਲ। ਬਠਿੰਡਾ ਤੋਂ ਤੁਸੀਂ ਗਏ ਹੋ, ਜਿਹੜੀ ਬਾਲੀਵੁੱਡ ਇੰਡਸਟਰੀ ਹੈ ਉਹਦੇ ਵਿੱਚ ਜਿਹੜਾ ਬਠਿੰਡਾ ਦਾ ਨਾਮ ਹੈ ਉਹ ਬਹੁਤ ਮਸ਼ਹੂਰ ਹੈ। ਬਹੁਤ ਮਸ਼ਹੂਰ। ਉਹ ਇਸ ਕਾਰਨ ਮਸ਼ਹੂਰ ਹੈ ਕਿ ਅਸੀਂ ਲੋਕ ਦੇਸੀ ਹਾਂ। ਹਾਂਜੀ, ਅਸੀਂ ਲੋਕ ਦੇਸੀ ਹਾਂ, ਪਰ ਅਸੀਂ ਅੱਜ ਬਠਿੰਡੇ ਦਾ ਨਾਮ ਜਿਹੜਾ ਹਰ ਜਗ੍ਹਾ 'ਤੇ, ਸਾਡੇ ਜੈਜ਼ਿਮ ਵਰਗੇ ਕਲਾਕਾਰ, ਸਾਡੇ ਇੱਕ ਡਾਇਰੈਕਟਰ ਹੈ ਉੱਥੇ ਜਾ ਕੇ ਅਮਰਦੀਪ ਗਿੱਲ, ਉਹਨੇ ਵੀ ਬੜਾ ਅੱਛਾ ਇੱਕ ਸਰਕਲ ਬਣਾਇਆ, ਉਹਨੇ ਵੀ ਸਿੱਧ ਕੀਤਾ ਕਿ ਮੈਂ ਬਠਿੰਡੇ ਤੋਂ ਹਾਂ ਅਤੇ ਮੈਂ ਆਹ ਚੀਜ਼ਾਂ ਕਰ ਸਕਦਾ, ਕਿਉਂਕਿ ਰਾਈਟਰ ਦੇ ਤੌਰ 'ਤੇ ਬਹੁਤ ਵਧੀਆ, ਡਾਇਰੈਕਟਰ ਦੇ ਤੌਰ 'ਤੇ ਬਹੁਤ ਵਧੀਆ, ਬਠਿੰਡੇ ਦੇ ਹੋਰ ਬੜੇ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ। ਇੱਕ ਸਾਡੇ ਬੜੇ ਅੱਛੇ ਮੇਰੇ ਮਤਲਬ ਬੜੇ ਖਾਸ ਨੇ ਸੰਨੀ ਬਾਬਰਾ ਅਤੇ ਸੰਨੀ ਬਾਬਰਾ, ਇੰਦਰ ਬਾਬਰਾ, ਇਹ ਮਿਊਜ਼ਿਕ ਡਾਇਰੈਕਟਰ ਨੇ, ਉੱਥੇ ਬਹੁਤ ਵਧੀਆ ਕੰਮ ਕਰ ਰਹੇ ਨੇ। ਜਦੋਂ ਤੁਸੀਂ ਸਾਰੇ ਕਿਤੇ ਇਕੱਠੇ ਹੁੰਦੇ ਹੋਵੋਗੇ ਤਾਂ ਹੱਸਦੇ ਨਹੀਂ ਹੋਵੋਗੇ ਵੀ ਯਾਰ ਇਹ ਬੰਬੇ ਦੇ ਲੋਕ ਨੇ ਜਿਹੜੇ ਬਠਿੰਡੇ ਨੂੰ ਇਹ ਕਹਿੰਦੇ ਨੇ ਅਤੇ ਅਸੀਂ ਬਠਿੰਡੇ ਵਾਲੇ ਇੱਥੇ ਆਹ ਕੰਮ ਕਰ ਰਹੇ ਹਾਂ? ਬਿਲਕੁਲ, ਮੈਂ ਜਿੱਦਾਂ ਉਹਨਾਂ ਦਾ ਨਾਮ ਲਿਆ ਸਾਡੇ ਇੰਦਰ ਅਤੇ ਸੰਨੀ ਭਾਅ ਜੀ, ਅਸੀਂ ਤਾਂ ਬੜਾ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਅਤੇ ਅਸੀਂ ਜਦੋਂ ਵੀ ਮਿਲਦੇ ਸੀ ਇਹਨਾਂ ਸਾਡੀਆਂ ਮਤਲਬ ਪੁਰਾਣਾ ਜਦੋਂ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀ ਕਿਲੇ ਦੇ ਕੋਲ, ਉਹ ਸਾਰਾ ਸਾਨੂੰ ਆਉਂਦਾ ਯਾਦ ਕਿ ਕਿੱਦਾਂ ਕਿੱਦਾਂ ਖਰ ਬੰਦੇ ਦੀ ਜਰਨੀ ਰਹੀ ਆ। ਨੋ ਡਾਊਟ ਇੰਦਰ ਭਾਅ ਜੀ ਨੇ ਬੜੀ ਮਿਹਨਤ ਕੀਤੀ ਹੈ, ਉਹ ਬਹੁਤ ਮਤਲਬ ਉਹਨਾਂ ਨੂੰ ਬਹੁਤ ਸਾਲ ਹੋ ਗਏ ਨੇ ਬੰਬੇ ਅਤੇ ਨਾ ਦੇ ਬਹੁਤ ਹਰ ਵੈਲ ਇਸਟੈਬਲਿਸ਼ਡ ਅਤੇ ਜਦੋਂ ਵੀ ਅਸੀਂ ਮਿਲਦੇ ਹਾਂ ਵੀ ਸੈਲੀਬ੍ਰੇਟ ਅਲੋਟ ਅਤੇ ਅਸੀਂ ਬੜਾ ਇੰਜੋਏ ਕਰਦੇ ਹਾਂ। ਚਲੋ ਅੱਛੀ ਗੱਲ ਹੈ ਜੀ, ਤੁਸੀਂ ਉੱਥੇ ਇੰਜੋਏ ਕਰਦੇ ਹੋ ਅਤੇ ਤੁਹਾਡੀਆਂ ਉੱਥੋਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਬਠਿੰਡੇ ਵਾਲੇ ਇੱਥੇ ਇੰਜੋਏ ਕਰਦੇ ਹਾਂ। ਸਾਨੂੰ ਮਾਣ ਹੁੰਦਾ ਕਿ ਸਾਡੇ ਇਸ ਸ਼ਹਿਰ ਦੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਬੰਬੇ ਦੇ ਵਿੱਚ ਜਾ ਕੇ, ਬਾਲੀਵੁੱਡ ਦੇ ਜਾ ਕੇ, ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਠਿੰਡੇ ਦਾ ਜਿਹੜਾ ਨਾਮ ਹੈ ਉਹ ਚਮਕਾਇਆ। ਅਤੇ ਤੁਸੀਂ ਜੈਜ਼ਿਮ, ਸਾਡੀਆਂ ਬੈਸਟ ਵਿਸ਼ਿਸ਼ ਤੁਹਾਡੇ ਨਾਲ ਨੇ, ਤੁਸੀਂ ਐਜ਼ ਮਿਊਜ਼ਿਕ ਡਾਇਰੈਕਟਰ ਬਾਲੀਵੁੱਡ ਦੇ ਵਿੱਚ ਛਾਏ ਰਹੋ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਤਰੱਕੀ ਕਰੋ। ਜਾਂਦੇ ਜਾਂਦੇ ਆਪਣਾ ਕੋਈ ਇੱਕ ਹੋਰ ਗੀਤ ਜਿਹੜਾ ਤੁਹਾਡਾ ਇਸ ਨਵੀਂ ਫਿਲਮ ਦੇ ਵਿੱਚ ਆ ਰਿਹਾ ਉਹ ਸੁਣਾਓ। ਨਵੀਂ ਵਾਲਾ ਹਾਲੇ ਫਿਲਹਾਲ ਮੈਂ, ਅੱਛਾ ਠੀਕ ਹੈ, ਕੋਈ ਗੱਲ ਨਹੀਂ, ਇਹਨਾਂ ਨੂੰ ਇੱਕ ਹੁਣੇ ਮੂਵੀ ਆਈ ਸੀ ਮਨ ਮਰਜ਼ੀ ਆ, ਇਹਦੇ ਵਿੱਚ ਅਭਿਸ਼ੇਕ ਬੱਚਨ ਜੀ, ਤਾਪਸੀ ਪੰਨੂ ਐਂਡ ਵਿੱਕੀ ਕੌਸ਼ਲ, ਅਤੇ ਬਹੁਤ ਮੈਨੂੰ ਉਸ ਮੂਵੀ ਵਿੱਚ ਦੋ ਗਾਣੇ ਗਾਉਣ ਦਾ ਮੌਕਾ ਮਿਲਿਆ ਸੀ, ਬਹੁਤ ਅੱਛੇ ਗਾਣੇ ਸੀ, ਇੱਕ ਚੌਂਚ ਲੜੀਆਂ ਐਂਡ ਗ੍ਰੇ ਵਾਲਾ ਸ਼ੇਡ, ਅਤੇ ਚੌਂਚ ਲੜੀਆਂ ਮੇਰਾ ਬੜਾ ਫੇਵਰੇਟ ਗਾਣਾ ਉਸ ਮੂਵੀ ਵਿੱਚ, ਉਹ ਮੈਂ ਜ਼ਰੂਰ ਸੁਣਾਉਣਾ ਚਾਹੂੰਗਾ। ਸੋਹਣੀ ਸੋਹਣੀ ਸੀ ਮੁਹੱਬਤ ਨੇ ਕਰਿਆ ਹੈ ਤੰਗ, ਹਾਏ ਕੁੜੀ ਤੇਰੀ ਸੋਹਬਤ ਨੇ ਕਰਿਆ ਹੈ ਤੰਗ, ਰੰਗੀਨ ਫਿਲਮ ਜੈਸੇ ਦਿਖਤੇ ਹੈ ਰੰਗ, ਭੰਗੜਾ ਜੀ ਪਾਏ ਹੈ ਮੇਰੀ ਉਮੰਗ, ਸਤਲੁਜ ਮੇ ਇੱਕ ਸਮੁੰਦਰ ਨਾਚੇ, ਅੰਬਰਸਰ ਔਰ ਜਲੰਧਰ ਨਾਚੇ, ਰੰਗ ਰਲੀਆਂ ਹੋ ਗਈਆਂ ਤੇਰੀ ਮੇਰੀ ਮੇਰੀ ਤੇਰੀ ਚੌਂਚ ਲੜੀਆਂ। ਕਿਆ ਬਾਤ, ਬਹੁਤ ਅੱਛਾ, ਬਹੁਤ ਅੱਛਾ। ਨੋ ਡਾਊਟ ਜੈਜ਼ਿਮ ਗਾਉਂਦੇ ਤਾਂ ਬਹੁਤ ਹੀ ਵਧੀਆ। ਜੈਜ਼ਿਮ ਤੁਸੀਂ ਉਹੀ ਗੱਲ ਹੈ ਵੀ ਕੀਮਤੀ ਸਮੇਂ 'ਚੋਂ ਬੰਬੇ ਤੋਂ ਆਏ, ਬੜੇ ਲਿਮਿਟਡ ਸਮੇਂ ਲਈ ਬਠਿੰਡੇ 'ਚ ਆਏ, ਤਾਂ ਤੁਸੀਂ ਸਾਡੇ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਜੀ, ਕਿਉਂਕਿ ਮੈਨੂੰ ਬਠਿੰਡੇ ਜਾ ਕੇ ਹਮੇਸ਼ਾ ਬਹੁਤ ਅੱਛਾ ਲੱਗਦਾ ਕਿਉਂਕਿ ਰੂਟਸ ਇਹੀ ਨੇ ਜੀ, ਅਤੇ ਜੋ ਵੀ ਮਤਲਬ ਅਸੀਂ ਕੁਛ ਨਵਾਂ ਕੁਛ ਕਰਦੇ ਹਾਂ ਤਾਂ ਮੈਨੂੰ ਸਭ ਤੋਂ ਪਹਿਲਾਂ ਇੱਥੇ ਆ ਕੇ ਆਸ਼ੀਰਵਾਦ, ਇਸ ਧਰਤੀ ਦਾ ਆਸ਼ੀਰਵਾਦ ਲੈਣਾ ਬਹੁਤ ਅੱਛਾ ਲੱਗਦਾ। ਅਤੇ ਹੁਣ ਮਤਲਬ ਇੱਕ ਬੜੀ ਅੱਛੀ ਨਿਊਜ਼ ਹੈ ਕਿ ਮਾਰਚ ਵਿੱਚ ਮੈਂ ਅਤੇ ਅਨੂਪ ਜਲੋਟਾ ਜੀ, ਜੋ ਕਿ ਇੰਨੇ ਵੱਡੇ ਸਾਡੇ ਹਿੰਦੁਸਤਾਨ ਦੇ ਸਿੰਗਰ ਨੇ, ਅਸੀਂ ਦੋਵੇਂ ਜਾ ਰਹੇ ਨੇ ਇੱਕ ਕੈਨੇਡਾ ਮਤਲਬ ਨੌਰਥ ਅਮੈਰੀਕਾ ਦਾ ਸਾਡਾ ਹੈਗਾ ਜੀ ਟੂਰ ਹੈ, ਅਤੇ ਉਹਦੇ ਵਿੱਚ ਅਸੀਂ ਦੋਵੇਂ ਹਾਂ, ਅਤੇ ਬਹੁਤ ਇੱਕ ਅੱਛਾ ਉਹ ਵੀ ਬੜੀ ਵੱਡੀ ਉਪਲਬਧੀ ਹੈ ਮੇਰੇ ਵਾਸਤੇ ਕਿ ਉਹਨਾਂ ਦੇ ਨਾਲ ਸਟੇਜ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ। ਅਤੇ ਬਸ ਉਸ ਤੋਂ ਬਾਅਦ ਮੂਵੀ ਦੀ ਤਿਆਰੀ ਹੈ ਜੀ ਮਿਸਟਰ ਪਾਨਵਾਲਾ ਦੀ, ਅਤੇ ਉਸ ਤੋਂ ਬਾਅਦ ਇੱਕ ਹੋਰ ਮੂਵੀ ਮੈਂ ਹੁਣ ਸਾਈਨ ਕੀਤੀ ਹੈ ਜੀ, ਮਿਊਜ਼ਿਕ ਡਾਇਰੈਕਟ ਮੂਵੀ ਦਾ ਨਾਮ ਹੈ ਸਿਆਲਕੋਟੀ, ਔਰ ਜਸਟ ਆਈ ਜਸਟ ਸਾਈਨ ਦੈਟ ਮੂਵੀ ਨਾਓ। ਅਤੇ ਬਾਕੀ ਕਾਫੀ ਸਿੰਗਲਸ ਨੇ, ਕਾਫੀ ਗਜ਼ਲਸ ਨੇ ਜੋ ਕਿ ਤੁਹਾਨੂੰ ਇਸੇ ਸਾਲ ਸੁਣਨ ਨੂੰ ਮਿਲਣਗੇ। ਥੈਂਕ ਯੂ। ਜਿਹੜੇ ਬੱਚੇ ਜਿਹੜੇ ਨੇ ਇਸ ਲਾਈਨ 'ਚ ਸਿੰਗਿੰਗ ਲਾਈਨ 'ਚ ਆਉਣਾ ਚਾਹੁੰਦੇ, ਹਾਂਜੀ, ਯੂਥ ਹੈ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਬਸ ਉਹਨਾਂ ਨੂੰ ਮੇਰਾ ਰਿਕੁਐਸਟ ਹੀ ਹੈ ਕਿ ਤੁਸੀਂ ਪਲੀਜ਼ ਮਿਊਜ਼ਿਕ ਸਿੱਖੋ ਜੀ, ਕਿਉਂਕਿ ਅੱਜ ਤਾਂ ਮੈਂ ਦੇਖ ਰਿਹਾ ਕਿ ਖਾਸ ਤੌਰ 'ਤੇ ਪੰਜਾਬ ਵਿੱਚ ਸਿੱਖਣ ਦਾ ਜਿਹੜਾ ਹੈਗਾ ਨਾ ਰਿਵਾਜ਼ ਉਹ ਜਾ ਚੁੱਕਿਆ, ਮਤਲਬ ਕਿਸੇ ਅੱਛੇ ਉਸਤਾਦ ਕੋਲ ਬਹਿਣਾ, ਮਤਲਬ ਸਿੱਖਣਾ ਤੁਸੀਂ ਤਾਂ ਨਹੀਂ ਕਿ ਤੁਹਾਡਾ ਨਾਮ ਹੋਵੇ ਜਾਂ ਤੁਹਾਨੂੰ ਆਪਣੇ ਆਪ ਵੀ ਜੋ ਵੀ ਤੁਸੀਂ ਕਰ ਰਹੇ ਹੋ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਮਤਲਬ ਤੁਸੀਂ ਤੁਹਾਨੂੰ ਰਾਗਾਂ ਦਾ ਨੌਲੇਜ ਹੋਵੇ, ਤੁਹਾਨੂੰ ਸਰਗਮ ਪਤਾ ਹੋਵੇ, ਜੋ ਗਾ ਰਹੇ ਹੋ ਉਹਦੀ ਤੁਹਾਨੂੰ ਨੋਟੇਸ਼ਨ ਪਤਾ ਹੋਵੇ, ਮਤਲਬ ਉਹ ਇੱਕ ਲੈਵਲ ਹੈ, ਤੁਸੀਂ ਕਿਸੇ ਅੱਛੇ ਬੰਦੇ ਨਾਲ ਬੈਠ ਸਕਦੇ ਹੋ, ਵਰਨਾ ਤਾਂ ਠੀਕ ਹੈ ਜਿਹੜੇ ਆ ਡੰਗਾ ਸੁੱਟੀਆਂ ਹਥਿਆਰ ਚੱਲ ਰਿਹਾ, ਠੀਕ ਹੈ ਫਿਰ ਕਰੀ ਚਲੋ, ਹੋਰ ਕੀ ਆ। ਕੁਛ ਚੰਗਾ ਕਰਨ ਲਈ
ਤੁਹਾਨੂੰ ਇਹ ਸਾਰਾ ਕੁਛ ਕਰਨਾ ਪੈਂਦਾ। ਬਿਲਕੁਲ, ਅਤੇ ਮਤਲਬ ਸਿੱਖੋ ਅਤੇ ਅੱਛੀ ਸ਼ਾਇਰੀ ਅੱਛੇ ਸਿੰਗਰਸ ਨੂੰ ਸੁਣੋ। ਮਤਲਬ ਮੈਂ ਤਾਂ ਇਹੀ, ਮੈਨੂੰ ਬੜਾ ਫਿਕਰ ਜਿਹਾ ਵੀ ਹੁੰਦਾ ਕਿ ਜੋ ਪੰਜਾਬ ਜੇ ਇੱਦਾਂ ਇੱਦਾਂ ਜੇ ਆਹੀ ਸਿਸਟਮ ਰਿਹਾ, ਕਿਉਂਕਿ ਮਜ਼ਾਕ ਜਿਹਾ ਬਣਿਆ ਹੋਇਆ ਗਾਣਿਆਂ ਦਾ। ਮਤਲਬ ਸਾਰੇ ਨਹੀਂ ਮੈਂ ਕਹਿੰਦਾ, ਕਈ ਗਾਣੇ ਬੜੇ ਅੱਛੇ ਵੀ ਆਉਂਦੇ ਨੇ ਜਦੋਂ ਅਸੀਂ ਇੰਜੋਏ ਕਰਦੇ ਹਾਂ ਉਹ ਵੀ ਸਾਰੇ ਅਸੀਂ ਗਾਣਿਆਂ ਦਾ, ਬਟ ਓਵਰਆਲ ਜੋ ਹੈ ਮਤਲਬ ਮੈਜੋਰਿਟੀ ਜੋ ਹੈ ਉਹ ਤੁਹਾਨੂੰ ਵੀ ਪਤਾ ਹੀ ਹੈ। ਬਿਲਕੁਲ, ਉਹ ਮਤਲਬ ਨਾ ਸ਼ਬਦਾਵਲੀ ਅੱਛੀ ਹੈ, ਨਾ ਸਿੰਗਰ ਅੱਛੇ, ਨਾ ਵੀਡੀਓ ਦਾ ਲੈਵਲ ਅੱਛਾ, ਤਾਂ ਕੁਛ ਵੀ। ਮਤਲਬ ਬੋਝ ਇਹੀ ਹੈ ਕਿ ਜੇ ਇੱਦਾਂ ਇੱਦਾਂ ਸਿਸਟਮ ਚੱਲਦਾ ਰਿਹਾ ਤਾਂ ਜਿਹੜੇ ਸਾਡੇ ਆਉਣ ਵਾਲੀਆਂ ਜਿਹੜੀ ਹੈਗੀਆਂ, ਜਿਹੜੀ ਸਾਡੀ ਫਿਊਚਰ ਹੈ ਜਨਰੇਸ਼ਨ, ਉਹਦੇ ਵਾਸਤੇ ਅਸੀਂ ਕੀ ਮਤਲਬ ਛੱਡ ਕੇ ਕੀ ਜਾ ਰਹੇ ਹਾਂ, ਬਸ ਉਸੇ ਚੀਜ਼ ਦਾ ਬੋਝ ਹੈ। ਬਿਲਕੁਲ, ਦੇਖੋ ਭਾਵੇਂ ਉਮਰ ਛੋਟੀ ਹੈ ਜੈਜ਼ੇ ਮੋਹਨਾ ਦੀ, ਪਰ ਦਿਮਾਗ 'ਤੇ ਇਹ ਬੋਝ ਹੈ ਕਿ ਜਿਹੜੀ ਸਾਡੀ ਗਾਇਕੀ ਹੈ ਜਾ ਕਿੱਧਰ ਨੂੰ ਰਹੀ ਹੈ, ਇਸ ਗੱਲ ਦਾ ਬੋਝ ਹੈ ਤੁਸੀਂ। ਪਰ ਕੋਈ ਗੱਲ ਨਹੀਂ, ਇਸ ਬੋਝ ਨੂੰ ਇੰਨਾ ਜ਼ਿਆਦਾ ਦਿਮਾਗ 'ਤੇ ਨਹੀਂ ਲੈਣਾ, ਕਿਉਂਕਿ ਜਿਨ੍ਹਾਂ ਨੇ ਸਿੱਖਣਾ ਉਹਨਾਂ ਨੇ ਸਿੱਖੀ ਤੁਰੀ ਜਾਣਾ, ਜਿਨ੍ਹਾਂ ਨੇ ਨਹੀਂ ਸਿੱਖਣਾ ਉਹਨਾਂ ਨੇ ਸਿੱਖਣਾ ਨਹੀਂ। ਤੁਸੀਂ ਆਪਣਾ ਬਾਲੀਵੁੱਡ ਦੇ ਵਿੱਚ ਜਾਓ, ਉੱਥੇ ਜਿਹੜਾ ਕੰਮ ਕਰ ਰਹੇ ਹੋ ਉਹਨੂੰ ਬੜਾ ਅੱਛੇ ਤਰੀਕੇ ਨਾਲ ਨਿਭਾਓ ਤੁਸੀਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ, ਬਿਲਕੁਲ ਸ਼ੁਕਰੀਆ। ਇਹ ਸੀ ਜੈਜ਼ਿਮ, ਜਸਪ੍ਰੀਤ ਸ਼ਰਮਾ ਨਿਕਨੇਮ। ਨਿੱਕੀ ਉਮਰੇ ਕਾਫੀ ਕੰਮ ਕੀਤਾ ਮੁੰਡੇ ਨੇ, ਮਿਹਨਤ ਕੀਤੀ। ਮੇਨ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਹਾਂ ਵੀ ਮੇਰੇ ਦਿਮਾਗ 'ਤੇ ਬੋਝ ਹੈ ਵੀ ਇਹ ਗਾਇਕੀ ਜਾ ਕਿੱਧਰ ਨੂੰ ਰਹੀ ਹੈ, ਕਿਉਂਕਿ ਛੋਟੀ ਉਮਰੇ ਗਜ਼ਲ ਗਾਣਾ ਹੈ ਨਾ, ਰੁਝਾਨ ਉੱਧਰਲੇ ਪਾਸੇ ਹੋਣਾ, ਤਾਂ ਸੋਚ ਉਸ ਤਰੀਕੇ ਦੀ ਹੁੰਦੀ ਹੈ, ਬੰਦਾ ਕਿੱਥੇ ਇੱਕ ਤੜਕ ਭੜਕ ਹੋਣੀ ਅਤੇ ਕਿੱਥੇ ਇੱਕ ਮਤਲਬ ਹੈ ਨਾ ਬੰਦਾ ਸਿਆਣੀ ਜੀ ਗੱਲ ਕਰਦਾ। ਤਾਂ ਨਿੱਕੀ ਉਮਰੇ ਇਸ ਮੁੰਡੇ ਨੇ ਜੈਜ਼ਿਮ ਨੇ ਸਿੱਖਿਆ। ਸਾਡੀਆਂ ਬੈਸਟ ਵਿਸ਼ਿਜ਼ ਹੈ ਜੈਜ਼ਿਮ ਹੋਰਾਂ ਨਾਲ ਕਿ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ, ਜਿੱਥੇ ਵੀ ਜਾਣ ਬਠਿੰਡੇ ਦਾ ਨਾਮ ਰੌਸ਼ਨ ਕਰਨ। ਕਿਸੇ ਹੋਰ ਸ਼ਖਸੀਅਤ ਨਾਲ ਤੁਹਾਨੂੰ ਫਿਰ ਮਿਲਵਾਵਾਂਗੇ, ਤੁਸੀਂ ਦੇਖਦੇ ਰਹੋ ਪ੍ਰੋਗਰਾਮ, ਤੁਸੀਂ ਦੱਸੋ ਜੀ।